ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਨਾਮ ਭੁੱਲਰ। ਆਹ ਸਰਗੁਣ ਮੈਂ ਤਾਂ ਇਹ ਥੋੜ੍ਹੀ ਜਿਹੀ ਹਿੱਲ ਗਈ ਆ, ਪਰ ਕੋਈ ਗੱਲ ਨਹੀਂ, ਤੁਸੀਂ ਫਿਰ ਵੀ ਸਾਡੀ ਸੁਰਖੀ ਬਿੰਦੀ ਫਿਲਮ ਤੁਹਾਡੇ ਨੀਅਰਲੀ ਥੀਏਟਰਸ 'ਚ ਵੇਖ ਕੇ ਆਓ ਤੇ ਤੁਹਾਨੂੰ ਕਿਉਂਕਿ ਮੈਂ ਤੁਹਾਨੂੰ ਦਿਖਾਵਾਂ ਮੈਂ ਕਿਉਂ ਹਿੱਲ ਗਿਆ ਮੈਂ ਦਿਖਾਵਾਂ ਮੈਂ ਕਿਉਂ ਹਿੱਲ ਗਿਆ ਆ ਦੇਖ ਥੈਂਕ ਯੂ ਪੰਜਾਬੀ ਸਿਨੇਮਾ ਦੇ ਇਸ ਸਾਲ ਯਾਨੀ ਕਿ 2019 ਦੇ ਕੁਝ ਐਕਸਪੈਰੀਮੈਂਟਸ ਕਾਫੀ ਜ਼ਿਆਦਾ ਸਕਸੈਸਫੁਲ ਰਹੇ ਨੇ। ਹਾਲ ਹੀ ਦੇ ਵਿੱਚ ਹਰ ਕਿਸੇ ਨੇ ਇੰਜੋਏ ਕੀਤੀ ਫਿਲਮ ਸੁਰਖੀ ਬਿੰਦੀ, ਜਿਸ ਦੇ ਵਿੱਚ ਅਸੀਂ ਦੇਖੀ ਜੋੜੀ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਔਨ ਸਕਰੀਨ ਤੇ, ਇਹਨਾਂ ਦੋਨਾਂ ਦੀ ਔਨ ਸਕਰੀਨ ਜੋੜੀ ਨੇ ਧੂਮ ਮਚਾ ਦਿੱਤੀ ਤੇ ਉੱਥੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਵੀ ਬਣਾਈ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਜੋੜੀ ਇਕੱਠੀ ਆ ਰਹੀ ਹੈ। ਇਸ ਦੇ ਬਾਰੇ ਤਾਂ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਉਹ ਲੈ ਕੇ ਆ ਰਹੇ ਨੇ ਆਪਣੀ ਨੈਕਸਟ ਫਿਲਮ, ਜਿਸਦਾ ਟਾਈਟਲ ਹੈ ਸੋਹਰਿਆਂ ਦੇ ਪਿੰਡ ਆ ਗਿਆ। ਜੀ ਹਾਂ, ਇਹ ਫਿਲਮ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ, ਜਿਸਦੀ ਸ਼ੂਟਿੰਗ ਚੱਲ ਵੀ ਰਹੀ ਹੈ ਤੇ ਉੱਥੇ ਕੁਝ ਵੀਡੀਓਜ਼ ਵੀ ਸਾਡੇ ਹੱਥ ਲੱਗੀਆਂ ਸੀ ਜਿੱਥੇ ਨਜ਼ਰ ਆ ਰਹੇ ਸੀ ਸਰਗੁਣ ਮਹਿਤਾ ਔਨ ਸੈਟ ਤੇ ਉੱਥੇ ਹਾਲ ਹੀ ਦੇ ਵਿੱਚ ਇੱਕ ਹੋਰ ਵੀਡੀਓ ਮੈਂ ਦੇਖੀ ਹੈ ਜਿੱਥੇ ਅਸੀਂ ਦੇਖ ਸਕਦੇ ਹਾਂ ਕਿ ਗੁਰਨਾਮ ਭੁੱਲਰ ਯਾਨੀ ਕਿ ਗੁਰਨਾਮ ਭੁੱਲਰ ਕਰ ਰਹੇ ਨੇ ਸਰਗੁਣ ਮਹਿਤਾ ਦਾ ਮੇਕਅਪ। ਸਰਗੁਣ ਮਹਿਤਾ ਦੇ ਪਰਸਨਲ ਮੇਕਅਪ ਆਰਟਿਸਟ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਆਪਣੇ ਇੰਸਟਾਗ੍ਰਾਮ ਹੈਂਡਲ ਤੇ, ਜਿੱਥੇ ਨਜ਼ਰ ਆ ਰਹੇ ਨੇ ਗੁਰਨਾਮ ਭੁੱਲਰ ਇੱਕ ਰਫ ਜਿਹਾ ਮੇਕਅਪ ਕਰਦੇ ਹੋ ਸਰਗੁਣ ਮਹਿਤਾ ਦਾ। ਸੋ ਜੀ ਤੁਸੀਂ ਵੀ ਚੈੱਕ ਕਰੋ ਇਹਨਾਂ ਦੋਨਾਂ ਦੀ ਇਸ ਕਿਊਟ ਜਿਹੀ ਵੀਡੀਓ ਨੂੰ। ਸੋਹਰੇ ਦਾ ਪਿੰਡ ਆ ਗਿਆ ਫਿਲਮ ਦਾ ਪੋਸਟਰ ਕੁਝ ਚਿਰ ਪਹਿਲਾਂ ਸ਼ੇਅਰ ਕੀਤਾ ਗਿਆ ਸੀ, ਜਿੱਥੇ ਰਿਲੀਜ਼ ਡੇਟ ਲਿਖੀ ਹੋਈ ਸੀ 29th November, ਯਾਨੀ ਕਿ 2019 ਦੇ ਵਿੱਚ ਇਹ ਫਿਲਮ ਡਿਊ ਸੀ, ਪਰ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਗਿਆ 29th November ਨੂੰ। ਤੇ ਹੁਣ ਇਸ ਫਿਲਮ ਦਾ ਇੱਕ ਹੋਰ ਅਫੀਸ਼ੀਅਲ ਪੋਸਟਰ ਸ਼ੇਅਰ ਕਰ ਦਿੱਤਾ ਗਿਆ, ਜਿੱਥੇ ਇਸ ਫਿਲਮ ਦੀ ਨਵੀਂ ਰਿਲੀਜ਼ ਡੇਟ ਸਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ ਅਗਲੇ ਸਾਲ ਯਾਨੀ ਕਿ 2020 ਦੇ ਵਿੱਚ 29th May ਨੂੰ। ਸੋ ਜੇ ਤੁਸੀਂ ਵੀ ਚੈੱਕ ਕਰੋ ਇਸ ਫਿਲਮ ਦਾ ਸੈਕਿੰਡ ਅਫੀਸ਼ੀਅਲ ਪੋਸਟਰ ਤੇ ਇਸ ਫਿਲਮ ਦੀ ਨਵੀਂ ਰਿਲੀਜ਼ ਡੇਟ। ਸੋ ਜੀ, ਸੁਰਖੀ ਬਿੰਦੀ ਵਾਲੀ ਇੱਕ ਕਿਊਟ ਜਿਹੀ ਜੋੜੀ ਅਸੀਂ ਇੱਕ ਵਾਰ ਫਿਰ ਤੋਂ ਦੇਖਣ ਵਾਲੇ ਹਾਂ ਸੋਹਰਿਆਂ ਦੇ ਪਿੰਡ ਆ ਗਿਆ ਫਿਲਮ ਦੇ ਵਿੱਚ, ਜਿਸ ਨੂੰ ਡਾਇਰੈਕਟ ਕਰ ਰਹੇ ਨੇ ਸ਼ਿਤਿਜ ਚੌਧਰੀ ਤੇ ਉਹਦੇ ਇਸ ਫਿਲਮ ਨੂੰ ਲਿਖਿਆ ਅੰਬਰਦੀਪ ਸਿੰਘ ਨੇ ਤੇ ਇਸ ਫਿਲਮ ਦੇ ਸਾਰੇ ਗਾਣਿਆਂ ਦੀ ਮਿਊਜ਼ਿਕ ਡਾਇਰੈਕਸ਼ਨ ਕਰ ਰਹੇ ਨੇ ਡਾਇਮੰਡ ਸਟਾਰ ਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ ਸ਼੍ਰੀ ਨਰੋਤਮ ਜੀ ਫਿਲਮ ਪ੍ਰੋਡਕਸ਼ਨ ਐਂਡ ਨਿਊ ਏਰਾ ਫਿਲਮ ਦੇ ਲੇਬਲ ਹੇਠ। ਸੋ ਜੀ, ਇਸ ਫਿਲਮ ਦੇ ਲਈ ਮੈਂ ਤਾਂ ਕਾਫੀ ਜ਼ਿਆਦਾ ਐਕਸਾਈਟਡ ਹਾਂ, ਕਿਉਂਕਿ ਮੈਨੂੰ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਔਨ ਸਕਰੀਨ ਜੋੜੀ ਕਾਫੀ ਜ਼ਿਆਦਾ ਪਸੰਦ ਆਉਂਦੀ ਹੈ ਤੇ ਉੱਥੇ ਰੀਅਲ ਲਾਈਫ ਦੇ ਵਿੱਚ ਵੀ ਕਾਫੀ ਕਲੋਜ਼ ਫਰੈਂਡਸ ਨੇ। ਸੋ ਜੇ ਹੁਣ ਤੁਸੀਂ ਕਹਿੰਦੇ ਕਿ ਐਕਸਾਈਟ ਹੋ ਇਹਨਾਂ ਦੋਨਾਂ ਦੀ ਕੈਮਿਸਟਰੀ ਨੂੰ ਇੱਕ ਵਾਰ ਫਿਰ ਤੋਂ ਇੰਜੋਏ ਕਰਨ ਦੇ ਲਈ, ਸਾਨੂੰ ਆਪਣੇ ਆਨਸਰਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ ਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।